ନଦିନୀ କୋଉ ଠେଲା ଲାଗେ ରେଳବାଇ କୋଉ और एक बार सामने फेंकी बकरी ये गंडा सिंह के नए पॉइंट पे बैठे हुए हैं जो अभी तक किसी को मालूम नहीं है ना ही कोई सर्च कर सकते थे ਖਲਾਓ ਖਲਾਓ ਨਹੀਂ ਬੈਠ ਸਕਾਓ ਮੈਂ ਫੜਿਆ ਜੀ ਰੇਸ ਨਹੀਂ ਜੁੱਤੀ ਹੈ ਤੂੰ ਦੋ ਗੱਡੀ ਛੋਟਾ ਹੈ ਢਾਈ ਦਿਨ ਕਿਲੋ ਦਾ ਛੋਟਾ ਦਾਣਾ ਹੈ ਲੇਕਿਨ ਰੇਸ ਬਹੁਤ ਅੱਛੀ ਲੈ ਰਹੇ ਸ਼ੈਲ ਹੈ ਤੁਹਾਨੂੰ ਪਤਾ ਸ਼ੈਲ ਸ਼ੈਲ ਹੀ ਇਹ ਬਾਈ ਪਤੰਗ ਉਡਾ ਰਹੇ ਨਾ ਸ਼ੈਲ ਦੀ ਪਤੰਗ ਬਣ ਗਈ ਇਸ ਵਾਰ ਕੰਨੀ ਖਾ ਰਿਹਾ ਉਹ ਅਭੀ ਬਾਹਰ ਆ ਕੇ ਤੁਹਾਨੂੰ ਕੰਨੀ ਬੰਨ ਦੇਗੇ ਸਭ ਬਹੁਤ ਚਿੱਦਤ ਸਿੰਘ ਇੰਤਜ਼ਾਰ ਕਰ ਰਹੇ ਹਾਂ ਸਭ ਤੋਂ ਪਹਿਲਾਂ ਬਾਹਰ ਆਏ ਥੋੜ੍ਹੀ ਦੇਖ ਸ਼ੀਸ਼ਾ ਦੇ ਰਿਹਾ ਮੈਂ ਪਕੜਿਆ ਨਾ ਲਗਾ ਜਾਓ ਤੁਸੀਂ ਹੱਥ ਦੋ ਨਿਕਾਲ ਲਈ ਪੂਰੀ ਮੈਂ ਡੰਮੀ ਰਹੀ ਹਾਂ ਉਸ ਸਵੇਰੇ ਲੰਬੀ ਤੁਹਾਡੀ ਡੋਰ ਪਲਕਾ ਮਾਰੀ ਨਾ ਬਸ ਤੁਹਾਡੀ ਡੋਰ ਜਿਹੜੀ ਪਲਕਾ ਮਾਰੀ ਨਾ ਉਹ ਸਾਈਡ ਫਰੰਟ ਦੇ ਜਿਹੜੀ ਸਪੀਡ ਗਈ ਜੇ ਤੁਹਾਡੀ ਡੋਰ ਪਲਕਾ ਮਾਰੀ ਉਹਨੂੰ ਸੈਰ ਮੁੰਡਾ ਹੀ ਲੱਗਾ ਜੇ ਪਲਕਾ ਮਾਰ ਗਈ ਉਹ ਸਾਈਡ ਫਰ ਗਏ ਕਿਉਂ ਨਹੀਂ ਨਹੀਂ ਹਲੇ ਪਾਵਰ ਵਿੱਚ ਪਾਵਰ ਹੈਗੀ ਪੂਰੀ ਵੀਡੀਓ ਵਾਲਾ ਬੰਦਾ ਹੋਇਆ ਨਾ ਮੋਰ ਭਾਈ ਅਤੇ ਮੈਂ ਨਾਲ ਵੀਡੀਓ ਡੋਰ ਹਾਂ ਇੱਕ ਡੋਰ ਨੂੰ ਰੁਕੀ ਹੈ ਹਾਂ ਉਹੀ ਲਾਈ ਚੱਲੇ ਦੂਜੀ ਲਾ ਨਾ ਤੁਹਾਨੂੰ ਫਿਰ ਪੈ ਗਿਆ ਇਹ ਲੱਕੀ ਡੋਰ ਹੈਗੀ ਹੈ ਜੀ ਮੈਂ ਇੱਥੇ ਨੂੰ ਲਾਣੇ ਦੋ ਨਾਜ਼ਰੀ ਨਹੀਂ ਇਹ ਥੈਲ ਰੇਲਵੇ ਫਿਰ ਕਾਮਯਾਬ ਹੋ ਗਏ ये जी भट्ट साहब आ रहे हैं थैल को लेकर ये देखें ज़रा जिंदाबाद भट्ट साहब चाह गए हैं आप अगर आप देख सकें मेरी फिंगर को देखें आप तो जिसमें एक अदर चीरा दे दिया है थैल साहब ने और बहुत मज़ा आया है इस दाने को भी खिलाने का ऑल द बेस्ट